ਜਲੰਧਰ ਦੇ ਵਿੱਚ ਇੱਕ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਜਾਗਰੂਕ ਕੈਂਪ ਲਗਾਇਆ ਗਿਆ MSME ਦੇ ਜਿਹੜਾ ਵਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮੈਡਮ ਦੇ ਨਾਲ ਗੱਲਬਾਤ ਕਰਦੇ ਨੇ ਕੀ ਇਹ ਸਾਰਾ ਕੀ ਕੈਂਪ ਦੇ ਵਿੱਚ ਲਗਾਇਆ ਗਿਆ? ਸਤਿ ਸ਼੍ਰੀ ਅਕਾਲ ਸਰ, ਕੀ ਇਹ ਸਾਨੂੰ ਦੱਸੋ ਸਾਰਾ ਕੈਂਪ ਦੇ ਵਿੱਚ ਕੀ ਲਗਾਇਆ ਤੁਸੀਂ? ਸਰ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਜੋ ਅਸੀਂ ਅੱਜ ਕੈਂਪ ਲਗਾਇਆ ਇਹ ਫੂਡ ਸੇਫਟੀ ਐਂਡ MSME ਦੇ ਕੈਂਪ ਅਕੋਰਡਿੰਗ ਲਗਾਇਆ ਗਿਆ ਆ, ਕਿਉਂਕਿ ਇਹਦੇ ਵਿੱਚ ਇਹ ਹੈ ਕਿ ਆਪਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਫੂਡ ਸੇਫਟੀ ਕੀ ਹੈ, ਕਿਉਂਕਿ ਇਹਦੇ ਵਿੱਚ ਇੱਦਾਂ ਹੁੰਦਾ ਹੈ ਕਾਫੀ ਸਾਰੇ ਲੋਕ ਇਹ ਯਕੀਨ ਰੱਖਦੇ ਆ ਕਿ ਵੱਡੀ ਚੀਜ਼ ਦੇਖੀ ਨਹੀਂ, ਜਿੱਦਾਂ ਕਿ ਹੋਟਲਸ ਦੇਖੇ ਨਹੀਂ ਹੈ ਉੱਥੇ ਹੀ ਵਿਜ਼ਿਟ ਕਰਦੇ ਆ, ਛੋਟੇ ਮੋਟੇ ਜਿੱਦਾਂ ਫੂਡ ਕਾਰਨਰ ਹੋ ਗਏ ਆਪਣੇ ਢਾਬੇ ਹੋ ਗਏ ਉੱਥੇ ਵਿਜ਼ਿਟ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਥੋੜ੍ਹਾ ਹਾਈਜੀਨ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਹੈ ਨਾ ਮੇਨਟੇਨ ਕਰਦੇ ਆ ਕਿ ਹਾਈਜੀਨ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹਦੇ ਅਕੋਰਡਿੰਗ ਹੀ ਅਸੀਂ ਅੱਜ ਇਹ ਅਵੇਅਰ ਕਰ ਰਹੇ ਹਾਂ ਲੋਕਾਂ ਨੂੰ ਕਿ ਤੁਸੀਂ ਫੂਡ ਸੇਫਟੀ ਲਾਇਸੈਂਸ ਬਣਾਓ ਐਂਡ ਸਾਰਾ ਲੋਕਾਂ ਨੂੰ ਇਹ ਲੋਕਾਂ ਦੇ ਸਹਿਯੋਗ ਨਾਲ ਅਸੀਂ ਅੱਗੇ ਵੱਧ ਸਕੀਏ। ਕਿਉਂਕਿ ਦੇਖੋ ਜੀ, ਹੁਣ ਆਪਾਂ ਫੂਡ ਸੇਫਟੀ ਲਾਇਸੈਂਸ ਕੋਈ ਨਹੀਂ ਬਣਾ ਰਿਹਾ ਤੇ ਉਹਨਾਂ ਨੂੰ ਇੱਕ ਤਾਂ ਬਹੁਤ ਜ਼ਿਆਦਾ ਫਾਈਨ ਪਏਗਾ, ਦੂਸਰਾ ਉਹਨਾਂ ਦਾ ਇਹ ਹੁੰਦਾ ਹੈ ਪਰਮਾਨੈਂਟ ਨਹੀਂ ਹੋ ਸਕਦਾ ਸਟਾਲ, ਜਿੱਦਾਂ ਕਿਸੇ ਵੀ ਟਾਈਮ ਹੈ ਨਾ ਇਨਕੁਆਇਰੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ, ਤਾਂ ਆਪਾਂ ਇਹੀ ਅਵੇਅਰ ਕਰ ਰਹੇ ਹਾਂ ਪਲੀਜ਼ ਤੁਸੀਂ ਸਾਨੂੰ ਸਹਿਯੋਗ ਦਵੋ, ਫੂਡ ਸੇਫਟੀ ਲਾਇਸੈਂਸ ਬਣਾਓ। ਮੈਮ ਜਿੱਦਾਂ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡਾ ਨੰਬਰ ਕੋਈ ਐਡਰੈਸ ਤੁਹਾਡਾ ਸਾਨੂੰ ਦੱਸ ਸਕਦੇ? ਹਾਂਜੀ ਸਰ, ਕਾਫੀ ਸਾਰੀ ਸਿਟੀਜ਼ ਦੇ ਵਿੱਚ ਕਾਫੀ ਸਾਰੀ ਏਰੀਆ ਦੇ ਵਿੱਚ ਸਾਡਾ ਸਟਾਫ ਅਵੇਲੇਬਲ ਹੈਗਾ ਆ, ਤੁਸੀਂ ਜਦੋਂ ਮਰਜ਼ੀ ਆਪਾਂ ਹੁਣ ਅਲੱਗ ਅਲੱਗ ਸਿਟੀਜ਼ ਦੇ ਏਰੀਆ ਦੇ ਵਿੱਚ ਜਾ ਕੇ ਕੈਂਪਸ ਲਗਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਅਵੇਅਰ ਕਰ ਸਕੀਏ। ਮੈਮ ਕਿਹੜੇ ਕਿਹੜੇ ਇਹਦੇ ਵਿੱਚ ਲਾਇਸੈਂਸ ਹੈਗੇ, ਕਿ ਕਿੱਦਾਂ ਕਿੱਦਾਂ ਅਪਲਾਈ ਕਰ ਸਕਦੇ? ਹਾਂ ਤਾਂ ਆਪਣੇ ਕੋਲ ਫੂਡ ਸੇਫਟੀ ਲਾਇਸੈਂਸ ਹੈ ਐਂਡ MSME ਲਾਇਸੈਂਸ ਹੈਗੇ ਆ, ਕਿਉਂਕਿ ਇਹਨਾਂ ਦੀ ਬਾਅਦ ਜੇ ਆਪਾਂ ਕੈਫੇ ਵਗੈਰਾ ਤੋਂ ਬਣਵਾਉਂਦੇ ਹਾਂ ਤਾਂ ਕਾਫੀ ਜ਼ਿਆਦਾ ਐਕਸਟਰਾ ਚਾਰਜਸ ਹੁੰਦੇ ਆ, ਆਪਾਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਲਾਇਸੈਂਸ ਪ੍ਰੋਵਾਈਡ ਕਰ ਰਹੇ ਹਾਂ। ਕਿਡ ਦੇ ਪ੍ਰਧਾਨ ਨੇ ਇੱਥੇ ਕੈਂਪ ਲਗਾਇਆ ਗਿਆ, ਮਤਲਬ ਕਿ ਬਹੁਤ ਵਧੀਆ ਉਪਰਾਲਾ ਕੀਤਾ ਕਿ ਗੱਲਬਾਤ ਕਰਦੇ ਨੇ ਉਹਨਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ। ਅਸੀਂ ਫੂਡ ਸੇਫਟੀ ਵੱਲੋਂ ਸਾਡੇ ਕੋਲ ਉੱਚ ਪੱਧਰੀ ਮੈਂਬਰ ਆਏ ਸੀਗੇ, ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਕਿ ਬਈ ਫੂਡ ਸੇਫਟੀ ਵਾਸਤੇ ਜੇ ਤੁਸੀਂ ਫੂਡ ਦਾ ਕੰਮ ਕਰਦੇ ਹੋ, ਰੇਹੜੀਆਂ ਲਾਉਂਦੇ ਹੋ ਜਾਂ ਢਾਬਾ ਕਰਦੇ ਹੋ, ਉਹਦੇ ਵਾਸਤੇ ਲਾਇਸੈਂਸ ਤੁਹਾਨੂੰ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਾਨੂੰ ਜਾਗਰੂਕ ਕੀਤਾ ਤਾਂ ਅਸੀਂ ਹਰ ਰੇਹੜੀ ਵਾਲੇ ਕੋਲ, ਦੁਕਾਨਦਾਰ ਕੋਲ ਗਏ ਹਾਂ ਅਤੇ ਉਹਨਾਂ ਨੂੰ ਜਾਗਰੂਕ ਕੀਤਾ ਕਿ ਬਈ ਦੱਸਿਆ ਕਿ ਬਈ ਫੂਡ ਸੇਫਟੀ ਵਾਸਤੇ ਤੁਹਾਨੂੰ ਇਹ ਲਾਇਸੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਅੱਗੇ ਵੀ ਬਣਾਏ ਸੀਗੇ ਅਤੇ ਹੁਣ ਵੀ ਅਸੀਂ ਦੁਬਾਰਾ ਕੈਂਪ ਲਵਾ ਰਿਹਾ ਕਿ ਬਈ ਜੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਫੂਡ ਵੱਲੋਂ ਜਾਂ ਕੋਈ ਜਿੰਨੇ ਵੀ ਬੰਦੇ ਹੈ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ, ਇਸ ਕਰਕੇ ਹਰ ਦੁਕਾਨਦਾਰ ਨੂੰ, ਹਰ ਰੇਹੜੀ ਵਾਲੇ ਨੂੰ ਇਹ ਲਾਇਸੈਂਸ ਬਣਵਾਉਣਾ ਚਾਹੀਦਾ ਹੈ। ਸਾਰੇ ਦੁਕਾਨਦਾਰਾਂ ਨੇ ਬਣਵਾ ਲਿਆ ਹੈ, ਬਾਕੀ ਵੀ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਫੂਡ ਰੇਹੜੀ ਦਾ ਕੰਮ ਕਰਦੇ ਆ, ਢਾਬੇ ਵਾਲੇ ਆ, ਇਹ ਲਾਇਸੈਂਸ ਜ਼ਰੂਰ ਬਣਾਉਣ। ਜੈ ਮਾਤਾ ਦੀ। ਸ਼ਿਵ ਸੈਨਾ ਸਮਾਜਵਾਦੀ ਤੋਂ ਰਾਜ ਕੁਮਾਰ ਅਰੋੜਾ ਜੀ ਸਾਡੇ ਨਾਲ ਮੌਜੂਦ ਨੇ, ਇੱਕ ਕੈਂਪ ਲਗਾਇਆ ਗਿਆ ਉਹਨਾਂ ਨੂੰ ਉੱਥੇ ਇਨਵਾਈਟ ਕੀਤਾ ਗਿਆ ਸੀ ਅਤੇ ਗੱਲਬਾਤ ਕਰਦੇ ਨੇ ਕਿੱਦਾਂ ਦਾ ਉਪਰਾਲਾ ਕੀਤਾ ਜਾ ਰਿਹਾ। ਨਮਸਕਾਰ। ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਨੂੰ ਸਾਡੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਔਰ ਅੱਜ ਅਸੀਂ ਇੱਥੇ ਬੱਸ ਸਟੈਂਡ 'ਤੇ ਆਏ ਹਾਂ, ਇੱਥੇ ਜੋ ਦਾ ਹੋਪ ਐਂਡ ਪੀਪਲ ਅਵੇਅਰਨੈਸ ਆਉਣ ਹੈ, ਇੱਕ ਜਿਹੜਾ ਇੱਥੇ ਕੈਂਪ ਲਗਾਇਆ ਆ ਔਰ ਜੋ ਲੋਕਾਂ ਨੂੰ ਨਾ ਇੱਥੇ ਅਵੇਅਰਸ ਕਰ ਰਿਹਾ ਕਿ ਜਿਹੜਾ ਹੁਣ ਰੇਹੜੀਆਂ ਵਾਲੇ ਆ ਜਾਂ ਹੋਰ ਦੁਕਾਨਾਂ ਵਾਲੇ ਆ ਜਿਹਨਾਂ ਨੂੰ ਬਹੁਤ ਤਰ੍ਹਾਂ ਲੋਕ ਤੰਗ ਵੀ ਕਰਦੇ ਆ, ਕੋਈ ਸਰਕਾਰ ਨਿਗਮ ਵਾਲੇ ਲਾ ਲਓ ਕੋਈ ਲਾ ਲਓ, ਜਿਹੜੇ ਇਹਨਾਂ ਨੂੰ ਨਜਾਇਜ਼ ਸਮਝ ਕੇ ਤੰਗ ਕਰਦੇ ਆ, ਔਰ ਇਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਆ ਜਿਹਦੇ ਵਿੱਚ ਇਹਨਾਂ ਨੇ ਸਰਕਾਰ ਤੋਂ ਬਕਾਇਦਾ ਜੋ ਨੁਮਾਇੰਦੇ ਉਹਨਾਂ ਕੋਲ ਪਰਮਿਸ਼ਨ ਵੀ ਲਈ ਹੋਈ ਆ, ਉਹਦੇ ਅਧੀਨ ਇਹ ਲੋਕਾਂ ਨੂੰ ਅਵੇਅਰ ਕਰਦੇ ਆ ਵੀ ਇੱਕ ਜਿਹੜਾ MSME ਆ ਉਹਦਾ ਸਰਟੀਫਿਕੇਟ ਆਪਣਾ ਬਣਾਓ ਔਰ ਜੋ ਰੀਅਲ ਆ ਅਤੇ ਉਹਦੇ ਹਿਸਾਬ ਨਾਲ ਕੰਮ ਕਰੋ ਔਰ ਜੋ ਵੀ ਇੱਥੇ ਲੋਕ ਹੋਏ ਉਹਨਾਂ ਨਾਲ ਸਹੀ ਕੰਮ ਕਰੋ, ਔਰ ਇਹਨਾਂ ਵੱਲੋਂ ਇੱਕ ਇਹ ਵੀ ਅਵੇਅਰਨੈਸ ਕੀਤਾ ਜਾਂਦਾ ਕਿ ਜਿਹੜੀ ਇੱਥੇ ਲੋਕਾਂ ਵਿੱਚ ਆ ਮਾਰਕੀਟ ਵਾਲੇ ਜਿਹੜੇ ਕੋਈ ਜਿੱਥੇ ਹੁਣ ਆਟੋ ਵਾਲੇ ਲਾ ਲਓ ਤੁਸੀਂ ਦੇਖ ਰਹੇ ਸਾਹਮਣੇ ਕਿੱਦਾਂ ਕੋਈ ਸਿਰੀ ਦਵਾਈ ਨਹੀਂ ਖੜਾ, ਕੋਈ ਸਿੱਧਾ ਨਹੀਂ ਖੜਾ, ਇਹ ਲੋਕਾਂ 'ਚੋਂ ਬਹੁਤ ਵਧੀਆ ਜਿਹੜਾ ਇਹਨਾਂ ਦੇ ਕੋਲ ਉਪਰਾਲਾ ਹੈ, ਸਾਰਿਆਂ ਨੂੰ ਅਵੇਅਰਨੈਸ ਕਰਦੇ ਆ ਔਰ ਸਾਡੇ ਨਾਲ ਜੋ ਇੱਥੇ ਮਾਰਕੀਟ ਜਿਹੜੇ ਪ੍ਰਧਾਨ ਜੀ ਹੈਗੇ ਆ ਅਤੇ ਇਹਨਾਂ ਦਾ ਵੀ ਵਧੀਆ ਉਪਰਾਲਾ, ਇਹ ਵੀ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਵਧੀਆ ਢੰਗ ਨਾਲ ਕੰਮ ਕਰੋ, ਸਾਫ਼ ਸੁਥਰਾ ਕੰਮ ਕਰੋ ਅਤੇ
ਸਾਰਿਆਂ ਤੰਗ ਨਾ ਕਰੋ, ਅਤੇ ਇਸ ਕਰਕੇ ਅਸੀਂ ਇਹਨਾਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਇਹ ਉਪਰਾਲਾ ਕੀਤਾ ਆ, ਅਤੇ ਇਹ ਪਰਮਾਤਮਾ ਇਹਨਾਂ ਚੜ੍ਹਦੀ ਕਲਾ ਰੱਖੇ ਅਤੇ ਇਹਦੇ ਪ੍ਰਫੁੱਲਤ ਹੁੰਦਾ ਰਹੇ। ਸਾਡੀ ਸ਼ਿਵ ਸੈਨਾ ਸਮਾਜਵਾਦੀ ਜੋ ਪੰਜਾਬ ਚੇਅਰਮੈਨ ਸ਼੍ਰੀ ਨਰਿੰਦਰ ਥਾਪਰ ਜੀ ਆ, ਉਹਨਾਂ ਦੀ ਅਗਵਾਈ ਹੇਠ ਅਸੀਂ ਇਹਨਾਂ ਦੇ ਨਾਲ ਆ, ਅਸੀਂ ਬਿਲਕੁਲ ਹਰ ਤਰ੍ਹਾਂ ਨਾਲ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਨੂੰ ਤਿਆਰ ਹਾਂ। ਜਿੱਥੇ ਵੀ ਸਾਡੀ ਇਹਨਾਂ ਨੂੰ ਕੋਈ ਜ਼ਰੂਰਤ ਹੋਵੇ ਅਸੀਂ ਉੱਥੇ ਤਿਆਰ ਹਾਂ, ਅਤੇ ਬਾਕੀ ਅਸੀਂ ਮਾਰਕੀਟਾਂ ਵੀ ਇਹ ਕਹਿੰਦੇ ਕਿ ਤੁਸੀਂ ਇਹਨਾਂ ਦਾ ਫਾਇਦਾ ਉਠਾਓ, ਆਪਣੇ ਜੋ ਇੱਕ ਰੀਅਲ ਇੱਕ ਫੀਸ ਆ, ਜੋ ਸਰਕਾਰੀ ਫੀਸ ਆ, ਉਹਨੂੰ ਦੇ ਕੇ ਅਤੇ ਆਪਣਾ ਜੋ ਸਾਹਸ ਜ਼ਰੂਰ ਬਣਾਓ। ਅਤੇ ਜਿਹੜੇ ਤੁਸੀਂ ਇੱਥੇ ਲੁੱਟ ਦਾ ਸ਼ਿਕਾਰ ਹੁੰਦੇ ਆ, ਜਿਹੜੇ ਆਉਂਦੇ ਆ ਉਹ ਕਹਿੰਦੇ ਜੀ ਮੈਂ ਕਮੇਟੀ ਦਾ ਆ, ਮੈਂ ਪੁਲਿਸ ਵਾਲਾ ਆ, ਜਾਂ ਕੋਈ ਵੀ ਆ ਕੇ ਤੁਹਾਡੇ ਕੋਈ ਗੈਰ ਕਾਨੂੰਨੀ ਢੰਗ ਨਾਲ ਕੋਈ ਪੈਸੇ ਮੰਗਦਾ ਆ ਹੰਗਦਾ, ਉਹ ਅਸੀਂ ਕਹਿੰਦੇ ਸਾਨੂੰ ਵੀ ਦੱਸੋ ਅਤੇ ਅਸੀਂ ਤੁਹਾਡੇ ਨਾਲ, ਤਾਂ ਜੋ ਕਿ ਜਿਹੜੀ ਲੁੱਟ ਹੋ ਦਾ ਜਿਹੜਾ ਆ ਇਹ ਸਿਲਸਿਲਾ ਆਪਾਂ ਖਤਮ ਕਰ ਸਕੀਏ। ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ।